ਹਾਂਜੀ ਦੋਸਤੋ, ਅੱਜ ਸਿੱਖਦੇ ਹਾਂ ਘਰ ਦਾ ਘਿਓ ਕੱਢਣਾ, ਘਰੇ ਘਿਓ ਕਿੱਦਾਂ ਕੱਢੀਦਾ ਵਾ, ਅਤੇ ਅੱਜ ਸਿੱਖਦੇ ਹਾਂ ਜੀ। ਇਹ ਹਫ਼ਤੇ ਭਰ ਦੀ ਮਲਾਈ ਹੈ ਜੀ, ਅਸੀਂ ਇੱਕ ਵੱਡੇ ਪਤੀਲੇ 'ਚ ਪਾਲੇ ਨਹੀਂ ਹੈ, ਅਤੇ ਪਾਉਣ ਤੋਂ ਬਾਅਦ ਜੀ ਆਪਾਂ ਇਹਨੂੰ ਮਧਾਣੀ ਕਹਿੰਦੇ ਹੈ, ਕਿਸੇ ਹੋਰ ਜਗ੍ਹਾ ਕੋਈ ਹੋਰ ਲੈਂਗੁਏਜ ਕਹਿੰਦੇ ਹੋਣਗੇ, ਮੇਨ ਅਸੀਂ ਤਾਂ ਮਧਾਣੀ ਕਹੀਦੀ ਹੈ ਜੀ ਪੰਜਾਬੀ ਜਿਹਨੂੰ। ਅਤੇ ਇਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਜੀ ਦੱਬਣਾ ਆਪਾਂ ਨੇ, ਅਤੇ ਨਾਲ ਥੋੜ੍ਹਾ ਜਿਹਾ ਠੰਡਾ ਪਾਣੀ ਪਾਉਣਾ ਹੈ ਜੀ, ਅਤੇ ਠੰਡੇ ਪਾਣੀ ਦੇ ਨਾਲ ਫਿਰ ਇਹਨੂੰ ਰਿੜਕਣਾ ਹੈ ਜੀ। ਆਹ ਪ੍ਰੋਸੈਸ ਦੇਖ ਲਓ ਜੀ, ਤੁਹਾਡੇ ਸਾਹਮਣੇ ਚੱਲੀ ਜਾਂਦਾ ਵਾ, ਅਤੇ ਸੇਮ ਅਸੀਂ ਇੱਦਾਂ ਹੀ ਕਰਨਾ ਜੀ। ਇਹ ਹੱਥਾਂ ਨਾਲ ਹੁਣ ਰਿੜਕਣੀ ਹੈ ਜੀ, ਅਤੇ ਇਹ ਪ੍ਰੋਸੈਸ ਅਸੀਂ 3 ਤੋਂ 4 ਵਾਰ 5 ਵਾਰ ਕਰਨਾ ਹੈ ਜੀ। ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਹੋਰ ਤੁਸੀਂ ਠੰਡਾ ਚਿਲਡ ਪਾਣੀ ਰੱਖ ਲਿਓ ਜੀ, ਬਰਫ਼ ਵਾਲਾ, ਉਹਦੇ ਨਾਲ ਹੀ ਸਾਡਾ ਮੱਖਣ ਨਿਕਲਣਾ ਜੀ। ਇਹ ਕੰਮ 'ਚ ਮਿਹਨਤ ਜ਼ਰੂਰ ਹੈ ਜੀ, ਮਗਰ ਮਿਹਨਤ ਦਾ ਫਲ ਮਿਲਦਾ ਹੈ ਜੀ। ਇਹਦੇ ਵਿੱਚ ਤੁਹਾਡਾ 1.5 ਕਿਲੋ ਤੋਂ ਜ਼ਿਆਦਾ ਘਿਓ ਨਿਕਲ ਜਾਂਦਾ ਜੀ, ਮੱਖਣ ਨਿਕਲ ਜਾਂਦਾ ਘਰ 'ਚ ਜੀ, ਤਾਂ ਪਰੌਂਠਿਆਂ ਨਾਲ ਖਾਈਦਾ ਜੀ, ਅਤੇ ਨਾਲ ਲੱਸੀ ਨਿਕਲ ਜਾਈਦੀ ਹੈ ਜੀ। ਲੱਸੀ ਤਾਂ ਅਸੀਂ ਆਪਾਂ ਡੰਗਰਾਂ ਨੂੰ ਪਾ ਦਿੰਦੀ ਹੈ, ਜਾਨਵਰਾਂ ਨੂੰ ਪਾ ਦਿੰਦੇ ਹਾਂ ਜੀ, ਘਰ 'ਚ ਡੋਗ ਆ, ਡੋਗ ਨੂੰ ਪਾ ਦਿੰਦੀ, ਉਹਨਾਂ ਵਿੱਚ ਅੱਛੀ ਹੁੰਦੀ ਹੈ, ਠੰਡੀ ਹੁੰਦੀ ਹੈ ਜੀ। ਆਹ ਦੇਖੋ ਜੀ, ਇਹ ਠੰਡਾ ਪਾਣੀ ਆਪਾਂ ਯੂਜ਼ ਕਰਨਾ ਵਾ, ਅਤੇ ਨਾਲ ਨਾਲ ਅਸੀਂ ਰਿੜਕੀ ਜਾਣਾ ਜੀ ਇਹਨੂੰ। ਆ ਜੀ ਹੁਣ ਇਹ ਅਸੀਂ ਲੱਸੀ ਜੀ ਕੱਢ ਲੈਣੀ ਹੈ ਜੀ ਇਹਦੇ ਵਿੱਚੋਂ। ਇਹ ਸਾਡਾ ਦੇਖੋ ਜੀ ਮੱਖਣ ਮੱਖਣ ਅਲੱਗ ਹੋ ਗਿਆ ਵਾ, ਅਤੇ ਹੁਣ ਦੇਖੋ ਜੀ ਫਿਰ ਦੁਬਾਰਾ ਅਸੀਂ ਪਾਣੀ ਪਾਉਣਾ, ਫਿਰ ਉਹੀ ਪ੍ਰੋਸੈਸ, ਬਿਲਕੁਲ ਠੰਡਾ ਪਾਣੀ ਪਾਉਣਾ ਹੈ ਜੀ, ਬਰਫ਼ ਵਾਲਾ। ਹੁਣ ਇਹ ਦੇਖੋ ਜੀ ਮੱਖਣ ਅਲੱਗ ਹੋ ਜਾਣਾ ਜੀ, ਆਪਾਂ ਤੁਹਾਨੂੰ ਨਜ਼ਰ ਆ ਜੂਗਾ ਕਿ ਮੱਖਣ ਅਲੱਗ ਹੁੰਦਾ ਆ। ਆਹ ਦੇਖੋ ਇਹ ਤਾਂ ਨਿਕਲੇਗਾ ਜੀ ਆਪਣਾ ਮੱਖਣ, ਇਹਨੂੰ ਇਹ ਮੱਖਣ ਆਪਣਾ ਤਿਆਰ ਹੋ ਗਿਆ, ਅਤੇ ਇਹਨੂੰ ਤੁਸੀਂ ਥੋੜ੍ਹਾ ਅਲੱਗ ਕਰ ਲਿਓ ਜਿੰਨਾ ਤੁਹਾਨੂੰ ਚਾਹੀਦਾ ਹੋਵੇ, ਅਤੇ ਇਸ ਤੋਂ ਬਾਅਦ ਘਿਓ ਕੱਢਣ ਲਈ ਜਿਹੜੀ ਹੈ ਜੀ ਵਿਧੀ, ਇਹਨੂੰ ਆਪਾਂ ਗੈਸ 'ਤੇ ਚੜ੍ਹਾ ਲੈਣਾ ਜੀ, ਅਤੇ ਗੈਸ 'ਤੇ ਅਸੀਂ ਬਿਲਕੁਲ ਹਾਈ ਫਲੇਮ ਰੱਖਣਾ ਹੈ ਜੀ, ਅਤੇ ਇਹਨੂੰ ਨਾਲ ਨਾਲ ਅਸੀਂ ਹਿਲਾਈ ਜਾਣਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਇਹ ਚੀਜ਼ ਦਾ ਧਿਆਨ ਰੱਖਿਓ ਕਿ ਇਹਨੂੰ ਗੈਸ ਆਪਾਂ ਤੇਜ਼ ਰੱਖਣਾ, ਅਤੇ ਇਹਦਾ ਜਿਹੜਾ ਉਬਾਲਾ ਵਾ ਇਹ ਅਗਰ ਇੱਕ ਵਾਰ ਚੜ੍ਹ ਜਾਂਦਾ, ਜਿੱਦਾਂ ਦੁੱਧ ਦਾ ਉਬਾਲਾ ਚੜ੍ਹ ਜਾਂਦਾ ਜੀ, ਦੁੱਧ ਦਾ ਰੁਕ ਜਾਂਦਾ, ਇਹਦਾ ਨਹੀਂ ਰੁਕਦਾ, ਅਤੇ ਇਹਨੂੰ ਨਾਲ ਦੀ ਨਾਲ ਅਸੀਂ ਹੱਥਾਂ ਦੇ ਨਾਲ ਹਿਲਾਈ ਜਾਣਾ। ਇਹ ਹਿਲਾਈ ਜਾਓਗੇ ਤਾਂ ਘਿਓ ਅਲੱਗ ਹੋ ਜੂਗਾ ਜੀ। ਆਹ ਦੇਖੋ ਜੀ, ਇਹ ਘਿਓ ਬਣਨਾ ਚਾਲੂ ਹੋ ਗਿਆ। ਆਹ ਦੇਖੋ ਤਾਂ ਮੱਖਣ ਮੱਖਣ ਜਿਹਾ ਥੱਲੇ ਰਹਿ ਗਿਆ ਜੀ, ਇਹ ਚੰਗੀ ਤਰ੍ਹਾਂ ਜੀ ਉਹਨੇ ਸੜ ਜਾਣਾ ਵਾ, ਅਤੇ ਇਹ ਘਿਓ ਨਿਕਲਣਾ ਆਪਣਾ ਚਾਲੂ ਹੈ ਜੀ ਹੁਣ। ਆਹ ਦੇਖੋ ਜੀ, ਇਹ ਬਣ ਗਿਆ ਆਪਣਾ ਘਿਓ ਕਰਦਾ, ਨਾ ਕੋਈ ਮਿਲਾਵਟ ਨਾ ਕੋਈ ਕੁਛ, ਦੇਸੀ ਤਰੀਕਾ ਘਿਓ ਕੱਢਣ ਦਾ ਜੀ। ਆ ਜੀ 1/2 ਕਿਲੋ ਦੇ ਲਾਗੇ ਸਾਗੇ ਆ ਜੀ ਘਿਓ। ਤਾਂ ਪਲੀਜ਼ ਦੋਸਤੋ, ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਪਸੰਦ ਆਵੇ ਤਾਂ ਜ਼ਰੂਰ ਜੀ ਮੈਨੂੰ ਸਬਸਕ੍ਰਾਈਬ ਕਰੋ ਮੈਨੂੰ, ਮੇਰੀ ਚੈਨਲ ਨੂੰ ਪਲੀਜ਼ ਦੋਸਤੋ। ਆ ਜੀ ਨਿਕਲ ਗਿਆ ਆਪਣਾ ਘਿਓ।
ਆ ਚੱਲ ਲੱਸੀ ਪੀ, ਲੈ ਆ ਜਾ ਤੇਰੇ ਵਾਸਤੇ ਲੱਸੀ ਆਈ, ਚਲਾ ਚੱਲ ਚੱਲ ਬਹਿ ਪਹਿਲੇ ਉੱਥੇ ਬੈਠ, ਪਿੱਛੋਂ ਕੇ ਬਹਿ, ਚੱਲ ਸਟੇ ਸਟੇ ਸਟੇ, ਚੱਲ ਪੀ ਲੈ।